ਅਤੇ ਰਾਤ ਉਹਨੇ ਸੁਸਾਈਡ ਕਮਿਟ ਕੀਤਾ ਹੈ। ਅਤੇ ਸਾਨੂੰ ਫਿਰ ਸਟੇਟਮੈਂਟ ਉਹਨੇ ਦਿੱਤੀ ਹੈ ਕਿ ਆਪਦੇ ਸਹੁਰਾ ਪਰਿਵਾਰ ਦੇ ਜੀਆਂ ਤੋਂ ਤੰਗ ਆ ਕੇ ਇਹਨੇ ਖੁਦਕੁਸ਼ੀ ਕੀਤੀ ਹੈ, ਜਿਹਦੀ ਅਸੀਂ ਸਟੇਟਮੈਂਟ ਲਿਖ ਕੇ ਕੇਸ ਰਜਿਸਟਰ ਕਰ ਰਹੇ ਹਾਂ, ਅਤੇ ਉਸ ਤੋਂ ਬਾਅਦ ਸਬੂਤ ਇਕੱਠੇ ਕਰਾਂਗੇ। ਮੇਰਾ ਵਿੱਕੀ ਹੈ, ਮੇਰੇ ਨਾਲ ਕੀ ਲੱਗਦੀ ਹੈ ਇਹ ਮੇਰੀ ਸਿਸਟਰ ਆ ਗਈ ਸਰਬਜੀਤ ਕੌਰ ਮੇਰੀ, ਇਹ 3 ਸਾਲ ਹੋਏ ਆਪਣੇ ਵਿਆਹ ਹੋਏ ਨੇ ਮੇਰੇ। ਫਿਰ ਰਾਤ ਇਹਨਾਂ ਨੇ ਮਤਲਬ ਰਾਤ 10 ਦਿਨ ਹੋ ਗਏ ਇਹਨਾਂ ਪੂਰਾ ਤੰਗ ਕਰਦੇ ਹਨ ਕੁੜੀ ਨੂੰ ਬੋਲਾ। ਅਸੀਂ ਇਹਨੂੰ ਫਿਰ ਸਮਝਾ ਮੈਂ ਕੋਈ ਗੱਲ ਨਹੀਂ ਬੋਲਦੇ ਰਹਿਣ ਦੋ ਜੀ, ਪਰ ਇਹਨਾਂ ਨੇ ਇੱਕ ਕੱਲ ਇਹਨਾਂ ਨੇ ਮੈਨੂੰ 8 ਵਜੇ ਫੋਨ ਕਰਿਆ ਜੀ, ਮੈਨੂੰ ਸਾਡੇ ਪ੍ਰਾਹੁਣੇ ਨੇ ਲਾਲੀ ਸਿੰਘ ਨੇ, ਉਹਨੇ ਮਤਲਬ ਕਿਹਾ ਮਤਲਬ ਸੰਗਲ ਲੈ ਕੇ ਆ ਕੇ ਨਾ ਮਤਲਬ ਮੈਂ ਫਾਹਾ ਦੇਣਾ ਗਾ। ਸਿੰਘ ਜੀ ਸਰਪੰਚ ਜਮਾਰਵਾਲ ਤੋਂ ਜੀ, ਸਾਡੀ ਪਿੰਡੋਂ ਕੁੜੀ ਦੇਖੀ ਸੀ ਜਮਾਰਵਾਲ ਤੋਂ ਜੀ ਲਹਿਰੇ ਜੀ, ਅਤੇ ਮੈਨੂੰ ਕਰੀਬਨ 9 ਵਜੇ ਇਹਨਾਂ ਦਾ ਫੋਨ ਆਇਆ, ਅਤੇ ਇਹਨਾਂ ਦਾ ਘਰੇਲੂ ਝਗੜਾ ਰਹਿੰਦਾ ਸੀ, ਅਤੇ ਜਦੋਂ ਮੈਂ ਉਰੇ ਪੁੱਜਾਂ ਲਹਿਰੇ, ਅਤੇ ਜਦੋਂ ਅਸੀਂ ਦੇਖਿਆ ਵੀ ਮਤਲਬ ਇਹ ਲੈ ਕੇ ਆ ਰਹੇ ਸੀ ਕੁੜੀ, ਮਤਲਬ ਲਾਸ਼ ਅਸੀਂ ਪਈ ਸੀ। ਕਾਰਨ ਕੀ ਦੱਸਿਆ ਜਾ ਰਿਹਾ ਸੀਗਾ ਵੀ ਕਿਸ ਕਾਰਨ? ਕਾਰਨ ਵੀ ਇਹਨੇ ਤੰਗ ਕਰਦੇ ਸੀ, ਪਛਾਣ ਕਰਦੇ ਸੀ ਘਰਦੇ ਵੀ ਘਰੋਂ ਵੀ ਅੱਡ ਕਰਕੇ ਸੀ, ਇਹ ਕਮਰਾ ਵੀ ਇਹਨੂੰ ਕੱਲੀ ਦੇ ਰੱਖਿਆ ਸੀ, ਅਤੇ ਉਹਦੇ ਕਾਰਨ ਵੀ ਪਰਿਵਾਰ ਨੇ ਇਹਨੂੰ ਖੁਸ਼ਖੁਸ਼ੀ ਮਨਜ਼ੂਰ ਕਰਤਾ ਜੀ ਕੁਛ ਕਰਨ। ਮੈਂ ਛੱਡ ਦੇ ਕੋਈ ਨਹੀਂ ਛੱਡ। ਕੀ ਨਾਮ ਹੈ ਵੀਰੇ ਤੇਰਾ? ਮੇਰਾ ਨਾਮ ਜਗਤਾਰ ਹੈ ਵੀਰੇ। ਜਗਤਾਰ, ਜਿਹਦੇ ਨਾਲ ਘਟਨਾ ਵਾਪਰੀ ਉਹ ਕੀ ਲੱਗਦੀ ਸੀ ਤੇਰੀ, ਕੀ ਕਿਵੇਂ ਹੋਇਆ ਸਾਰੀ ਗੱਲ ਦਾ? ਉਹ ਬਾਈ ਮੇਰੀ ਮਾਸੀ ਦੀ ਕੁੜੀ ਸੀਗੀ, ਅਤੇ ਕੀ ਨਾਮ ਹੈ? ਉਹਦਾ ਨਾਂ, ਕੁੜੀ ਦਾ ਨਾਂ ਸਰਬਜੀਤ ਹੈ, ਫਾਦਰ ਦਾ ਨਾਂ ਕਰਮਜੀਤ ਸਿੰਘ ਹੈ, ਸਵਰਗਵਾਸ ਨੇ, ਅਤੇ ਇੱਕ ਛੋਟਾ ਮੁੰਡਾ ਹੈਗਾ ਵਿੱਕੀ, ਉਹ ਅਨਮੈਰਿਡ ਹੈ ਹਲੇ, ਛੋਟੀ ਉਮਰ ਹੈ ਉਹਦੀ ਵੀ, ਅਤੇ ਉਸੇ ਦੀ ਮੈਨੂੰ ਰਾਤ ਉਦੋਂ ਉਹਨਾਂ ਰਾਹੀਂ ਮਤਲਬ ਸਾਨੂੰ 11 ਵਜੇ ਰਾਤ ਨੂੰ ਪਤਾ ਲੱਗਦਾ ਵੀ ਵੀਰੇ ਆਹ ਘਟਨਾ ਵਾਪਰ ਗਈ, ਅਤੇ ਅਸੀਂ ਸਵੇਰੇ ਆਏ ਹਾਂ ਜਦੋਂ, ਤਾਂ ਸਾਰਾ ਗੱਲ ਦਾ ਪਤਾ ਲੱਗਿਆ ਤਾਂ ਜੀ ਉਹ ਉਹਨਾਂ ਦੇ ਦੱਸਣ ਦੇ ਮੁਤਾਬਕ ਵਿੱਕੀ ਦੇ ਵੀ ਮੈਂ ਜਦੋਂ ਉਹਨੇ ਵੀ ਪ੍ਰਾਹੁਣੇ ਨੇ ਫੋਨ ਕੀਤਾ, ਦਾਰੂ ਪੀਤੀ ਹੋਈ ਉਹਦੀ, ਅਤੇ ਉਹਨੇ ਫੋਨ ਕੀਤਾ ਵੀ ਕਹਿੰਦਾ ਵੀਰੇ ਵੀ ਜਾਂ ਤਾਂ ਤੂੰ ਸੰਗਲ ਲੈ ਕੇ ਆ ਜਾਂ ਤਾਂ ਮੈਂ ਮਰਨਾ ਜਾਂ ਇਹਨੂੰ ਮਾਰਨਾ। ਅਤੇ ਉਹ ਜਵਾਕ ਨੇ ਇਹ ਵੀ ਦੱਸਿਆ, ਕਹਿੰਦਾ ਬਾਈ ਕੋਈ ਗੱਲ ਨਹੀਂ, ਆਪਾਂ ਬਹਿ ਕੇ ਗੱਲ ਕਰ ਲਵਾਂਗੇ, ਅਸੀਂ ਆਪਦੀ ਕੁੜੀ ਨੂੰ ਸਮਝਾ ਲਾਂਗੇ, ਅਤੇ ਪਰ ਕਹਿੰਦਾ ਨਾ ਉਹ ਆ ਗਿਆ ਜਵਾਕ ਜਦੋਂ, ਅਤੇ ਉਹਦੇ ਸਾਹਮਣੇ ਕਹਿ ਕੁੱਟਿਆ ਵੀ ਕੁੜੀ ਨੂੰ, ਅਤੇ ਉਹ ਜਦੋਂ ਐਂ ਕੁੱਟਿਆ ਜਦੋਂ ਰੌਲਾ ਲੱਪਾ ਹੋਣ ਲੱਗ ਗਿਆ, ਅਤੇ ਉਹ ਮੁੰਡਾ ਬੇਹੋਸ਼ ਹੋ ਗਿਆ, ਬੇਹੋਸ਼ ਹੋ ਕੇ, ਮੈਂ ਤਾਂ ਖਿਆਲ ਵੀ ਨਹੀਂ ਹੈਗਾ ਮੇਰੇ ਵੀ ਕਿਹੜਾ ਆਪਾਂ ਮੈਨੂੰ ਡਾਕਟਰ ਆ ਇੱਥੇ, ਉਹਦੇ ਰਾਤ ਨੂੰ ਲੈ, ਅਤੇ ਜਦੋਂ ਉਹ ਕਹਿੰਦਾ ਵੀ ਜਦੋਂ ਉਹਨੂੰ 1-1.5 ਘੰਟੇ ਵੱਧ ਜਦੋਂ ਵੀ ਲੈ ਕੇ ਗਏ ਵਾਪਸ, ਅਤੇ ਉਹਨੂੰ ਉਸ ਘਰ ਵੜਨ ਨਹੀਂ ਦਿੱਤਾ ਵੀ ਜਿਹੜੇ ਘਰ ਉਹਦੀ ਭੈਣ ਵਿਆਹੀ ਆ ਉਹਦੇ ਨਾਲ ਘਰ ਵਾਲੇ ਘਰ ਵਾੜ ਕੇ, ਅਤੇ ਜਦੋਂ ਕੁੜੀ ਨੂੰ ਤੜਕੇ ਦੇਖਿਆ ਘਰ ਤੜਕੇ ਵੀ ਨਹੀਂ ਦਿਖਾਈ, ਅਤੇ ਤੜਕੇ ਉਦੋਂ ਵੱਧ ਜਦੋਂ ਮਾਸੀ ਨੇ, ਮੇਰੀ ਮਾਸੀ ਹੈ ਉਹ ਉੱਥੇ ਹੀ ਸੀ, ਜਦੋਂ ਉਹਨੇ ਦੇਖਿਆ ਵੀ ਕੁੜੀ ਨੂੰ ਲਟਕਾਇਆ ਪਿਆ ਉਹਦੇ ਨਾਲ ਆਪਣੇ ਨਾਲ ਚੁੰਨੀ ਨਾਲ ਫਾਹਾ ਦੇ ਕੇ ਪੱਖੇ ਨਾਲ ਬੰਨ੍ਹੀ ਪਈ, ਉਹ ਜਦੋਂ ਕਾਰਨ ਕੀ ਸੀ ਵੀਰੇ? ਕਾਰਨ ਵੀਰੇ, ਕਾਰਨ ਦਾ ਰਿਐਲਿਟੀ ਦੇ ਵਿੱਚ ਤਾਂ ਇਹੀ ਹੈ ਵੀ ਜਿਹੜਾ ਘਰੇਲੂ ਜਿਹੜਾ ਮਸਲਾ ਸੀਗਾ ਉਹਨੂੰ ਅੱਡ ਵਿੱਡ ਕਰਤਾ ਸੀਗਾ, ਅੱਡ ਵੀ ਕੀ ਕੀਤਾ, ਇੱਕ ਕਮਰੇ 'ਚ ਛੋਟੇ ਜਿਹੇ ਕਮਰੇ ਦੇ ਵਿੱਚ ਉਹਦਾ ਸਾਰਾ ਕੁਛ ਸੀਗਾ, ਉਹਦੇ ਵਿੱਚ ਉਹਨੇ ਰੋਟੀ ਪਕਾਉਣੀ, ਰਿਹਾਇਸ਼ ਕਰਨੀ ਜਾਂ ਜਿਹੜੇ ਵੀ ਕੋਈ ਘਰੇਲੂ ਕੰਮ ਨੇ ਉਹ ਉਸੇ ਕਮਰੇ 'ਚ ਹੀ ਸੀ, ਦੁਖੀ ਕਰਦੇ ਸੀ ਵੀਰੇ। ਜਦੋਂ ਪਹਿਲਾਂ ਵਿਆਹ ਦੇ ਵੇਲੇ ਵਿਆਹ ਜਦੋਂ ਆਪਾਂ ਕੀਤਾ ਹੈਗਾ ਕੁੜੀ ਦਾ ਉਦੋਂ ਘਰੇਲੂ ਵਿਆਹ ਵਾਸਤੇ ਗੱਲ ਹੋਈ ਸੀ, ਪਰ ਉਹ 1 ਮਹੀਨਾ ਕੁ ਪਹਿਲਾਂ ਆ ਕੇ ਉਹਨਾਂ ਨੇ ਉਹ ਸਾਰੀਆਂ ਡਿਮਾਂਡਾਂ ਵੀ ਰੱਖੀਆਂ, ਇੱਕ ਕੁੜੀ ਵਾਲੇ ਨੂੰ ਦਬਣਾ ਪੈਂਦਾ ਜੀ, ਉਹ ਗਲਤੀ ਆਪਣੀ ਜਲ ਜਦ ਦਬ ਜਾਂਦੇ ਆ, ਅਤੇ ਉਹ ਉਦੋਂ ਵੀ ਚਲੋ ਮਸੜ ਜੀ ਸੀਗੇ ਚੁੱਪ ਕਰਕੇ ਕਿਵੇਂ ਵੀ ਲਾ ਲਓ, ਉਸ ਦਿਨ ਤੋਂ ਹੀ ਕੁੜੀ ਤੰਗ ਹੈ, ਉਹਨਾਂ ਦੇ ਪਰਿਵਾਰ ਬੰਨੀ ਉਹ ਪੂਰੀ ਟੌਰਚਰ ਕਰੀ ਜਾਂਦੀ ਸੀ। ਪਹਿਲਾਂ ਕਾਰਵਾਈ ਜਿਹੜੀ ਉਹਦੀ ਦਾਦੀ ਹੈ ਜੀ, ਇੱਕ ਗੱਲ ਵਿਚਾਲੇ ਉਹਦੀ ਦਾਦੀ ਹੈ ਜਿਹੜੀ ਉਹ ਕੁੜੀ ਨੂੰ ਜ਼ਿਆਦਾ ਤੰਗ ਕਰਦੀ ਸੀ, ਉਹ ਉਹਨੂੰ ਕੁੱਟਦੀ ਮਾਰਦੀ ਵੀ ਸੀ। ਅੱਜ ਤੋਂ 10-12 ਦਿਨ ਪਹਿਲਾਂ ਜੀ ਪੂਰਾ ਘਾਟੋ ਕਲੇਸ਼ ਸੀਗਾ, ਇੱਕ ਦਿਨ ਮੇਰੇ ਕੋਲ ਫੋਨ ਕਰਿਆ, ਮੈਂ ਵੀਰੇ ਨਹੀਂ ਕੋਈ ਗੱਲ ਨਹੀਂ ਆਮ ਗੱਲਾਂ ਹੀ ਹੁੰਦੀਆਂ ਨੇ ਘਰੇ ਵੀ ਚੱਲ ਕੋਈ ਗੱਲ ਨਹੀਂ, ਟਿਕਟ ਕੇ ਆਹੋ ਜਿਹੋ ਅਸੀਂ ਵੀ ਆ ਕੇ। ਵਿਆਹ ਨੂੰ ਕਿੰਨਾ ਟਾਈਮ ਹੋ ਗਿਆ? ਵਿਆਹ ਨੂੰ 3 ਸਾਲ ਹੋ ਗਏ ਸੀ ਬਈ, ਅਤੇ ਬੱਚਾ 2 ਕੁ ਸਾਲਾਂ ਦਾ ਬੱਚਾ ਹੈ, ਅਤੇ ਹੁਣ ਤੁਸੀਂ ਮੰਗ ਕੀ ਕਰ? ਮੰਗ ਕਰਦੇ ਹਾਂ ਬਾਈ, ਸਾਨੂੰ ਇਨਸਾਫ ਚਾਹੀਦਾ, ਇਨਸਾਫ ਚਾਹੀਦਾ ਬਾਈ, ਹੱਥ ਬੰਨ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ।
एक अमरिंदर सिंह विक्की गोबिंदपुरा जवाहर सिंह वाला तो आके उन्होंने सू सूचना दी कि उन्होंने सिस्टर इतने मैरिड सी लहरे तो रात उन्हें सुसाइड कमिट किया तो सानू फिर स्टेटमेंट उन्होंने दी है कि आपके सहुरा परिवार के जियां तो तंग आके इन्हें खुदकुशी की है जिंद असी स्टेटमेंट लिख के केस रजिस्टर कर रहे हैं तो उस तो बाद सबूत इकट्ठे करा जिस जिस मैंबर का जो फॉल्ट होया असं उस हिसाब न फिर वो खिलाफ़ कार्रवाई करा सर जिस तरह हालात से किस तरह के हालात से उस टाइम साढ़े जाते बॉडी उतारी हुई सी परिवार ने कोशिश की बचाने की तलिया तुलिया मल के और पर तक लड़की वो एक्सपायर हो चुकी सी 25 साल की बेटी है एक छोटा और दो ढाई साल का बेटा भी 3 साल हो गए मैरिज हुई किस तरह की बस है वो तो प्रोसैस लगे हुए हैं अं स्टेटमेंट रिकॉर्ड कर रहे हैं रिकॉर्ड करके तो नाल दिन असं एफ आई आर लॉन्च करता लाली सिंह जो हसबेंड है लाली सिंह हाँ जी तो इस जो परिवार मैंबर ने उन्होंने खिलाफ आ रहे जी स्टेटमेंट दी इन्होंने तो बाकी जो फैक्ट्स है वो असरटेन करा असं वो मुताबिक फिर अगली कार्रवाई करा लाली सिंह पुत्र लाली सिंह सिर्फ सुखदेव सिंह एलिस सुखा सुखदेव सिंह सुखा जी वार्ड नंबर 1 वार्ड नंबर 1 लहरा मेरी सिस्टर आ गई सरबजीत कौर मेरी 3 साल हो अपने ब्याह हो मेरे रात इन्होंने मतलब 10 दिन हो गए पूरा तंग कर दिया कुड़ी बोला असि फिर समझा मैं कोई गल नहीं बोलते रहने दो जी पर इन्होंने एक कल इन्होंने मेनू 8 बजे फोन करे जी मेनू साढ़े प्रौहने ने नहीं लाली सिंह ने उन्हें मतलब क्या मतलब संगल लैके आ गया मतलब मैं फाहा देना गा जा इन दूंगा जा मैं आप लूंगा फिर मैं ओल दारू पीन लग रहा थी लाली मिस्त्री दुकान वर्कशॉप च काम कर दारू पीन लग रहा थी जी उथे मैं लिया मैं कोई गल नहीं मैं अपनी भेन समझा लूंगा जी फिर उदू बाद जी मैं घर को लाके कुटमार लागे करना जी मेरा भी बढ़ गया बीपी जी मतलब मैं डाउन हो गया जी उदो मैं हस्पताल च लै गई पावन डॉक्टर दे उदू बाद जो अस वापस आयागे उदू जो वापस अस घरे आए उरे ओरी मेरे भैन मेनू तू दूजी कोठी च वाड़ता दूजे घर आले ने जी काम उधर ले जाने कारण की सी की रोला की चल रहा सी तोड़ा इना दा रोला तो कुछ भी दी पता ना तो कोई होती इहदा आपसी लड़ाई थी ना आपसी ये दूजे घर आले जिहड़े तू चाचे ताई भी तंग करदे ने गल कर इक 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 कमरे विच रहंदी है जी सर इक कमरे विच रोटी सारा कुछ उसे च करदी थी कपड़े भी धोने उसे च धोने जी तो सर सामने लिखे देखे हो ते तुहाडे पिता नाम की है करमजीत सिंह स्वर्गवासी करमजीत हां जी बहुत ज्यादा तंग करे सू पहला महीना रह गया जी ओदू बाद इन्होंने सब तुम सोना मंगा सारा कुछ मंगा जी तो ब्याह से सिंपल करने आख्या जी भी सिंपल करा अस गरीब बंद भी कर नहीं सकते जी इन्होंने पैलेस से सतो ब्याह कराया जी इन्होंने घरे कोई प्रोग्राम नहीं कराया आपदे जी कोई सागन स्कीम जिम्मे आप ब्याह करने रिश्तेदार वास्ते जी वह भी साढ़े खर्चे च होया जी जो बरात साढ़े क्या 150 होनी 300 बंदा बरात दिया जी जेड़ा इन्होंने पिंड च इसे शहर च कार्ड कूड दते जी वह भी उदू बाद सारे उत्थे जी नाल एक मोटरसाइकिल मंगा वह भी दिता जी फाहा दिता जी